ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਆਲੂ ਅਤੇ ਜਿਮੀਕੰਦ ਦੀ ਸਬਜ਼ੀ ਬਣਾ ਕੇ ਦਿਖਾਵਾਂਗੇ। ਇਹ ਸਬਜ਼ੀ ਜਿਹੜੀ ਠੰਡਾਂ ਵਿੱਚ ਬਣਦੀ ਹੈ। ਸੋ ਫਰੈਂਡਸ, ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀਆਂ ਲੱਗਦੀਆਂ ਨੇ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ। ਚਲੋ ਜੀ, ਆ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਨੇ ਆਲੂ ਅਤੇ ਜਿਮੀਕੰਦ ਦੀ ਸਬਜ਼ੀ ਬਣਾਉਣ ਲਈ ਕੀ ਸਮਾਨ ਲਿਆ। ਇਹ ਆਪਾਂ ਨੇ ਜਿਮੀਕੰਦ ਲਿਆ, ਇਹ ਆਪਣਾ ਅੱਧਾ ਕਿਲੋ ਜਿਮੀਕੰਦ ਹੈ, ਇਹ ਆਲੂ, ਧਨੀਆ, ਬਾਕੀ ਨਮਕ ਮਿਰਚ ਆਪਾਂ ਆਪਣੇ ਟੇਸਟ ਅਕੋਰਡਿੰਗ ਪਾਵਾਂਗੇ। ਦੋ ਟਮਾਟਰ, ਇਹ ਹਰੇ ਪਿਆਜ਼ ਭੁੰਕਾਂ ਵਾਲੇ ਲਏ ਹੈ ਮੈਂ, ਭੁੰਕਾਂ ਕੱਟੀਆਂ ਹੋਈਆਂ ਨੇ। ਪਿਆਜ਼, ਲਸਣ, ਅਦਰਕ ਨੂੰ ਮੈਂ ਬਰੀਕ ਬਰੀਕ ਆਪਣਾ ਕੱਦੂਕਸ ਵਿੱਚ ਨੂੰ ਕੱਦੂਕਸ ਕਰ ਲਿਆ, ਅਤੇ ਹਰੀ ਮਿਰਚ। ਇੱਧਰ ਆਪਾਂ ਨੇ ਕੜਾਹੀ ਰੱਖੀ ਹੋਈ ਚੁੱਲ੍ਹੇ 'ਤੇ, ਅਤੇ ਸਭ ਤੋਂ ਪਹਿਲਾਂ ਆਪਾਂ ਕੜਾਹੀ ਵਿੱਚ ਤੇਲ ਪਾਵਾਂਗੇ, ਕਿਉਂਕਿ ਜਿਹੜੇ ਜਿਮੀਕੰਦ ਹੈ ਆਪਾਂ ਉਹਨੂੰ ਫਰਾਈ ਕਰਨਾ ਹੈ। ਜਿਮੀਕੰਦ ਦੀ ਸਬਜ਼ੀ ਫਰੈਂਡਸ ਜਿਹੜੀ ਫਰਾਈ ਕਰਕੇ ਬਣਦੀ ਹੈ, ਪਹਿਲਾਂ ਜਿਮੀਕੰਦ ਨੂੰ ਫਰਾਈ ਕਰਨਾ ਹੈ, ਫਿਰ ਫਰਾਈ ਕਰਕੇ ਕੱਢ ਕੇ ਇਹਨੂੰ ਫਿਰ ਆਪਣੀ ਸਬਜ਼ੀ ਬਣਦੀ, ਫਿਰ ਆਪਾਂ ਤੜਕਾ ਲਗਾਵਾਂਗੇ। ਇੰਨੇ ਇੱਧਰ ਆਪਣਾ ਤੇਲ ਕੱਢਦਾ ਹੈ, ਜਦੋਂ ਆਪਣਾ ਤੇਲ ਐਨ ਕੱਢ ਜੂਗਾ ਉਦੋਂ ਆਪਾਂ ਇਹਦੇ ਵਿੱਚ ਜਿਮੀਕੰਦ ਨੂੰ ਫਰਾਈ ਕਰਾਂਗੇ। ਇੰਨੇ ਆਪਾਂ ਜਿਮੀਕੰਦ ਨੂੰ ਛਿੱਲ ਕੇ ਚੀਰ ਲੈਂਦੇ ਹਾਂ। ਆਪਣੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਫਰੈਂਡਸ, ਜਦੋਂ ਆਪਾਂ ਨੇ ਜਿਮੀਕੰਦ ਨੂੰ ਛਿੱਲਣਾ ਜਾਂ ਚੀਰਨਾ, ਆਪਾਂ ਨੇ ਸਭ ਤੋਂ ਪਹਿਲਾਂ ਹੱਥਾਂ ਨੂੰ ਆਪਣੇ ਨੂੰ ਤੇਲ ਲਗਾਉਣਾ ਹੈ। ਭਾਵੇਂ ਆਪਾਂ ਸਰ੍ਹੋਂ ਦਾ ਤੇਲ ਲਗਾ ਲਓ, ਭਾਵੇਂ ਦੇਸੀ ਘਿਓ ਲਗਾ ਲਓ, ਕਿਉਂਕਿ ਇਹਦੇ ਨਾਲ ਜਿਹੜੀ ਆਪਣੇ ਹੱਥਾਂ 'ਤੇ ਖਾਜ ਨਹੀਂ ਹੋਊਗੀ, ਜਿਮੀਕੰਦ ਚੀਰਨ ਨਾਲ ਖਾਜ ਹੋ ਜਾਂਦੀ ਹੈ। ਦੇਖੋ, ਆਪਾਂ ਨੇ ਇਹਨੂੰ ਇੱਦਾਂ ਕਰਕੇ ਪਹਿਲਾਂ ਛਿੱਲ ਲੈਣਾ ਹੈ, ਛਿੱਲ ਕੇ ਫਿਰ ਆਪਾਂ ਇਹਨੂੰ ਧੋਵਾਂਗੇ। ਚੀਰ ਕੇ ਨਹੀਂ ਧੋਣਾ, ਆਪਾਂ ਨੇ ਛਿੱਲ ਕੇ ਧੋਣਾ ਹੈ, ਕਿਉਂਕਿ ਇਹ ਨਾ ਮਿੱਟੀ 'ਚ ਜ਼ਿਆਦਾ ਹੁੰਦੀ ਹੈ ਇਹਦੇ ਉੱਪਰ। ਦੇਖੋ, ਜਿਮੀਕੰਦ ਆਪਾਂ ਨੇ ਇਹਨੂੰ ਧੋ ਕੇ ਛਿੱਲ ਕੇ ਧੋ ਲਿਆ, ਅਤੇ ਹੁਣ ਆਪਾਂ ਇਹਨੂੰ ਚੀਰ ਲਾਂਗੇ। ਇੱਦਾਂ ਚੀਰ ਲੈਣਾ ਆਪਾਂ ਨੇ ਇਹਨਾਂ ਨੂੰ, ਤੁਹਾਡੀ ਮਰਜ਼ੀ, ਤੁਸੀਂ ਜਿਹੜੇ ਪੀਸ ਹੈ ਇਹਦੇ ਬੜੇ ਛੋਟੇ ਕਰ ਸਕਦੇ ਹੋ। ਇੱਧਰ ਆਪਣਾ ਤੇਲ ਵੀ ਗਰਮ ਹੋ ਗਿਆ, ਦੇਖੋ ਜਿਮੀਕੰਦ ਆਪਾਂ ਨੇ ਇੱਦਾਂ ਦਾ ਚੀਰ ਲਿਆ ਸਾਰਾ, ਅਤੇ ਹੁਣ ਆਪਾਂ ਇਹਨੂੰ ਫਰਾਈ ਕਰ ਲਾਂਗੇ। ਆਪਣਾ ਤੇਲ ਵੀ ਪੂਰਾ ਗਰਮ ਹੈ, ਚੀਰ ਦਿਓ ਮੰਮੀ। ਦੇਖੋ ਜਿਮੀਕੰਦ ਆਪਾਂ ਨੇ ਇੱਦਾਂ ਦੇ ਪੀਸਾਂ 'ਚ ਚੀਰ ਲਿਆ, ਅਤੇ ਹੁਣ ਫਰਾਈ ਕਰਾਂਗੇ ਇਹਨੂੰ। ਆਪਣਾ ਤੇਲ ਵੱਧ ਪਾਇਆ ਹੋਇਆ ਸੀਗਾ, ਇਸ ਕਰਕੇ ਆਪਣਾ ਇੱਕ ਵਾਰੀ 'ਚ ਫਰਾਈ ਹੋ ਜੂਗਾ। ਜੇ ਆਪਾਂ ਨੇ ਤੇਲ ਘੱਟ ਪਾਇਆ ਹੋਇਆ ਤਾਂ ਆਪਾਂ ਦੋ ਵਾਰੀ 'ਚ ਫਰਾਈ ਕਰ ਲਾਂਗੇ। ਆ ਚੀਰਿਆ ਮੰਮੀ ਲਸਣ ਦਾ, ਇੰਨੇ ਆਪਣਾ ਉੱਧਰ ਜਿਮੀਕੰਦ ਫਰਾਈ ਹੋ ਰਿਹਾ, ਇੰਨੇ ਆਪਾਂ ਇੱਧਰ ਆਪਣੇ ਆਲੂ ਹੈ ਜਿਹੜੇ ਛਿੱਲ ਕੇ ਚੀਰ ਲਾਂਗੇ ਇਹਨਾਂ ਨੂੰ। ਪਾਪਾ ਜੀ ਦਾ ਪਸੰਦ ਕੀ ਸਬਜ਼ੀ ਬਣ ਰਹੀ ਹੈ ਅੱਜ, ਖੁਸ਼ ਹੋ ਕੇ ਖਾਣੀ ਪਾਪਾ ਜੀ ਨੇ। ਅੱਜ ਤਾਂ ਮੌਸਮ ਵੀ ਠੰਡਾ ਹੋ ਗਿਆ, ਹਵਾ ਚੱਲ ਰਹੀ ਹੈ, ਠੰਡ ਹੋ ਜਾਣੀ ਖਾਣਾ ਮੰਮੀ ਹੋਰ। ਹੁਣ ਤਾਂ
जिमीकंद नूं फ्रेंड्स अपने एन ब्राउन करके फिर कढ़ना है, नहीं तो यह कच्चा रह जाता है। फिर जिहड़ी चुल्हे ते सब्जी बनी हुंदी है अपनी जिमीकंद दी होवे भावें कासे होर दी होवे बहुत ज़्यादा टेस्टी बनती है। देखो वाले जिमीकंद जिहड़ा हल्का जिहा ब्राउन होया अपने इहनूं ऐन इदां दा ब्राउन करना है जिदा एक पासे तो होया वा इदा का, हजे तो यह कच्चा है, नहीं तो फिर कच्चा कच्चा च रही जाऊगा फिर टेस्ट ही नहीं लगता है। देखो जो अपना जिमीकंद एन ब्राउन हो गया इनू इदा का भुनना है अपने। देखो ये थाली च पाए तो भी एन कड़क कड़क कर रहे, एन खड़क रहे, एन क्रंची हो गया। हुण आपां इहनूं सारे नूं कढ लांगे ते कढ के फिर आपां तड़का लगावांगे। देखो इदां दा हो गया है, एन क्रंची हो गया। देखो आपां बस एक कड़छी एक तेल दी रखांगे इहदे विच, बाकी सारा कढ दांगे। आपां इहदे विच एक चम्मच जीरे दा पावांगे। ਅਤੇ ਹੁਣ ਆਪਾਂ ਇਹਦੇ ਵਿੱਚ ਲਸਣ ਪਾ ਦੇ ਜਿਹੜਾ ਆਪਣੇ ਬਰੀਕ ਬਰੀਕ ਚੀਰ ਕੇ ਰੱਖਿਆ ਹੋਇਆ। ਲਸਣ ਨੂੰ ਆਪਾਂ ਹਲਕਾ ਜਿਹਾ ਬਰਾਊਨ ਕਰਾਂਗੇ ਅਤੇ ਉਸ ਤੋਂ ਬਾਅਦ 'ਚ ਆਪਾਂ ਨਾਲ ਦੀ ਨਾਲ ਫਿਰ ਜਿਹੜੇ ਪਿਆਜ਼ ਨੇ ਭੁੰਕਾਂ ਵਾਲੇ ਚੀਰ ਕੇ ਰੱਖੇ ਹੋਏ ਪਾ ਦਾਂਗੇ। ਅਤੇ ਇਹ ਆਪਾਂ ਭੁੰਕਾਂ ਵੀ ਪਾ ਦਾਂਗੇ। इन्ने अपने प्याज ते हरी भुंका है जिहड़ियां इह ब्राउन हुंदे, इन्ने पड़े अपने टमाटर है इन्हां नूं भी कद्दूकस कर लो। ਹੁਣ ਆਪਾਂ ਜਿਹੜੇ ਟਮਾਟਰ ਨੇ ਆਪਣੇ ਇਹ ਧੋ ਕੇ ਰੱਖੇ ਹੋਏ ਨੇ, ਆਪਾਂ ਨੇ ਇਹਨਾਂ ਨੂੰ ਵੀ ਕੱਦੂਕਸ ਕਰ ਲਾਂਗੇ। ਹੁਣ ਦੇਖ ਆਪਣਾ ਪਿਆਜ਼ ਅਤੇ ਹਰੀ ਭੁੰਕਾ ਜਿਹੜੀ ਬਿਲਕੁਲ ਬਰਾਊਨ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਅਦਰਕ ਹਰੀ ਮਿਰਚ ਅਤੇ ਟਮਾਟਰ ਸਾਰੇ ਇਕੱਠੇ ਪਾ ਦਾਂਗੇ। ਇਹ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਹਲਦੀ ਦਾ ਪਾਵਾਂਗੇ, ਥੋੜ੍ਹੀ ਜਿਹੀ ਪਾਵਾਂਗੇ ਦੇਗੀ ਮਿਰਚ, ਇੱਕ ਚਮਚ ਲੂਣ ਦਾ। ਆਪਾਂ ਨੇ ਪਹਿਲਾਂ ਹਰੀ ਮਿਰਚ ਵੀ ਪਾਈ ਇਸ ਕਰਕੇ ਆਪਾਂ ਲਾਲ ਮਿਰਚ ਜਿਹੜੀ ਥੋੜ੍ਹੀ ਪਾਵਾਂਗੇ। ਦੇਖੋ ਜਿਹੜਾ ਹੁਣ ਮਸਾਲਾ ਹੈ ਉਹ ਐਨ ਚੰਗੀ ਤਰ੍ਹਾਂ ਭੁੰਨ ਹੋ ਗਿਆ ਅਤੇ ਕਲਰ ਵੀ ਦੇਖੋ ਮਸਾਲੇ ਦਾ ਕਿੰਨਾ ਵਧੀਆ ਆ ਗਿਆ। ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਦਿਆ, ਪਾਣੀ ਪਾ ਕੇ ਆਪਾਂ ਇਹਨੂੰ ਹੋਰ ਜਾਵਾਂਗੇ। ਆਪਣੇ ਮਸਾਲੇ ਦਾ ਦੇਖੋ ਕਲਰ ਵੀ ਕਿੰਨਾ ਵਧੀਆ ਆਇਆ। ਦੇਖੋ ਮਸਾਲਾ ਆਪਣਾ ਐਨ ਚੰਗੀ ਤਰ੍ਹਾਂ ਭੁੰਨ ਹੋ ਗਿਆ। ਹੁਣ ਆਪਾਂ ਦੇਖੋ ਜਿਹੜਾ ਜਿਮੀਕੰਦ ਹੈ ਕਿਵੇਂ ਖੜਕੜਾ ਹੈ ਆਪਣਾ ਜਿਮੀਕੰਦ ਜਿਹੜਾ, ਇਹ ਐਨ ਭੁੰਨ ਹੋ ਗਿਆ ਅਤੇ ਹੁਣ ਆਪਾਂ ਇਹ ਪਾ ਦਾਂਗੇ ਇਹਦੇ ਵਿੱਚ। ਆਪਣੇ ਆਲੂ ਚੀਰ ਕੇ ਧੋ ਕੇ ਰੱਖੇ ਹੋਏ ਨੇ ਪਾਣੀ 'ਚ, ਹੁਣ ਆਪਾਂ ਇਹ ਪਾ ਦਾਂਗੇ।
ਹੁਣ ਆਪਾਂ ਨੇ ਐਨ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਦੇਖੋ ਹੁਣ ਸਬਜ਼ੀ ਜਿਹੜਾ ਕਲਰ ਹੈ ਕਿੰਨਾ ਵਧੀਆ ਕਲਰ ਲੱਗ ਰਿਹਾ। ਮਸਾਲਾ ਵੀ ਆਪਣੇ ਐਨ ਚੰਗੀ ਤਰ੍ਹਾਂ ਭੁੰਨ ਲਿਆ। ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ, ਇੱਕ ਕੋਲਾ ਪਾਣੀ ਦਾ ਪਾਵਾਂਗੇ ਪਹਿਲਾਂ। ਦੇਖੋ ਆਪਾਂ ਨੇ ਇੱਕ ਕੋਲਾ ਸਬਜ਼ੀ 'ਚ ਪਾਣੀ ਦਾ ਪਾ ਤਿਆ ਅਤੇ ਹੁਣ ਆਪਾਂ ਇਹਨੂੰ ਢੱਕ ਦਾਂਗੇ। ਢੱਕ ਕੇ ਫਿਰ ਆਪਾਂ ਇਹਨੂੰ ਬਾਅਦ 'ਚ ਦੇਖਾਂਗੇ, 5-10 ਮਿੰਟ ਬਾਅਦ ਜਦੋਂ ਸਬਜ਼ੀ ਰਿੱਝਣ ਲੱਗ ਜੂਗੀ। ਦੇਖੋ ਹੁਣ ਆਪਾਂ ਸਬਜ਼ੀ ਨੂੰ ਚੈੱਕ ਕਰਾਂਗੇ ਆਪਣੀ। ਦੇਖੋ ਸਬਜ਼ੀ ਜਿਹੜੀ ਰਿੱਝ ਗਈ ਤਾਂ ਪਾਣੀ ਬਿਲਕੁਲ ਸੋਖਤਾ ਹੋ ਗਿਆ, ਥੋੜ੍ਹਾ ਜਿਹਾ ਰਹਿ ਗਿਆ। ਜੇ ਆਪਾਂ ਤਰੀ ਵਾਲੀ ਬਣਾਉਣੀ ਤਾਂ ਆਪਾਂ ਨੇ ਇੱਦਾਂ ਹੀ ਰੱਖ ਲੈਣੀ, ਨਹੀਂ ਤਾਂ ਆਪਾਂ ਪਾਣੀ ਹੋਰ ਪਾਵਾਂਗੇ। ਹਟ ਗਿਆ। ਦੇਖੋ ਇਵੇਂ ਦੀ ਹੋ ਗਈ ਆਪਣੀ ਸਬਜ਼ੀ। ਅਤੇ ਇੱਧਰ ਮੈਂ ਇਹ ਗਰਮ ਪਾਣੀ ਕਰਕੇ ਲੈ ਕੇ ਆਈ ਹਾਂ, ਆਪਾਂ ਇਹ ਪਾ ਦਾਂਗੇ ਇਹਦੇ ਵਿੱਚ। ਜਿਹੜੀ ਜੀਮੀਕੰਦ ਦੀ ਸਬਜ਼ੀ ਹੁੰਦੀ ਹੈ ਫਰੈਂਡਸ, ਉਹ ਤਰੀ ਵਾਲੀ ਵਧੀਆ ਲੱਗਦੀ ਹੈ, ਕਿਉਂਕਿ ਇਹਨੂੰ ਆਪਾਂ ਮੱਕੀ ਦੀ ਰੋਟੀ ਨਾਲ ਖਾ ਸਕਦੇ ਹਾਂ, ਕਣਕ ਦੀ ਰੋਟੀ ਨਾਲ। ਵੈਸੇ ਮੱਕੀ ਦੀ ਰੋਟੀ ਚੂਰ ਕੇ ਖਾਧੀ ਹੋਈ ਇਹਦੇ 'ਚ ਜ਼ਿਆਦਾ ਟੇਸਟੀ ਲੱਗਦੀ ਹੈ। ਆਪਾਂ ਇਹਨੂੰ ਫਿਰ ਰਿੱਝਣ ਲਈ ਰੱਖ ਦਾਂਗੇ। ਜਦੋਂ ਆਪਾਂ ਮੱਕੀ ਦੀ ਰੋਟੀ ਚੂਰ ਕੇ ਖਾਵਾਂਗੇ ਤਾਂ ਬਹੁਤ ਹੀ ਵਧੀਆ ਲੱਗਦੀ ਅਤੇ ਬਹੁਤ ਹੀ ਟੇਸਟੀ ਲੱਗਦੀ, ਕਿਉਂਕਿ ਮੈਂ ਇੱਦਾਂ ਹੀ ਖਾਂਦੀ ਹਾਂ ਜੀਮੀਕੰਦ ਦੀ ਸਬਜ਼ੀ ਦੇ ਵਿੱਚ ਮੱਕੀ ਦੀ ਰੋਟੀ ਚੂਰ ਕੇ। ਤੁਸੀਂ ਵੀ ਖਾ ਕੇ ਦੇਖੋ ਇੱਕ ਵਾਰੀ ਅਤੇ ਫਿਰ ਮੈਨੂੰ ਦੱਸਿਓ। ਆਪਾਂ ਇਹਨੂੰ ਹੋਰ ਢੱਕ ਦਾਂਗੇ, ਰਿੱਝ ਕੇ ਐਨ ਵਧੀਆ ਬਣ ਜੂਗੀ। ਇੰਨੇ ਆਪਣੀ ਉੱਧਰ ਸਬਜ਼ੀ ਬਣਦੀ, ਇੰਨੇ ਆਪਾਂ ਧਨੀਆ ਚੀਰ ਕੇ ਰੱਖ ਲੈਂਦੇ ਹਾਂ। ਦੇਖੋ ਧਨੀਆ ਆਪਾਂ ਨੇ ਚੀਰ ਲਿਆ ਅਤੇ ਹੁਣ ਆਪਾਂ ਸਬਜ਼ੀ ਨੂੰ ਰਿੱਝਣ ਦਾਂਗੇ ਹਜੇ ਹੋਰ, ਅਤੇ ਫਿਰ ਬਾਅਦ 'ਚ ਆਪਾਂ ਦੇਖਾਂਗੇ। ਦੇਖੋ ਆਪਾਂ ਹੁਣ ਆਪਣੀ ਸਬਜ਼ੀ ਨੂੰ ਦੇਖਾਂਗੇ, ਸਬਜ਼ੀ ਨੂੰ ਆਪਣੀ ਰਿੱਝਦੀ ਨੂੰ ਪੂਰਾ 1/2 ਘੰਟਾ ਹੋ ਗਿਆ। ਦੇਖੋ ਜਿਹੜੀ ਸਬਜ਼ੀ ਆ ਉਹ ਬਣ ਕੇ ਤਿਆਰ ਹੈ, ਆਲੂ ਵੀ ਐਨ ਬਣ ਗਏ। ਦੇਖੋ ਆਪਣੀ ਸਬਜ਼ੀ ਜਿਹੜੀ ਐਨ ਰਿੱਝ ਰਿੱਝ ਕੇ ਗਾੜੀ ਹੋ ਗਈ ਅਤੇ ਹੁਣ ਆਪਾਂ ਇਹਦੇ ਵਿੱਚ ਧਨੀਆ ਪਾ ਦਾਂਗੇ। ਅਤੇ ਹੁਣ ਆਪਾਂ ਇੱਕ ਬਾਊਲ ਵਿੱਚ ਕੱਢ ਕੇ ਤੁਹਾਨੂੰ ਨੇੜੇ ਤੋਂ ਦਿਖਾਵਾਂਗੇ। ਦੇਖੋ ਹੁਣ ਆਪਾਂ ਇਹਦੇ ਉੱਪਰ ਧਨੀਆ ਪਾ ਦਾਂਗੇ, ਹੋਰ ਆਪਣੇ ਮੱਖਣੀ ਵੀ ਲਾ ਤੀ ਉੱਪਰ ਪਾ ਤੀ। ਮੱਖਣੀ ਪਾ ਕੇ ਜਿਹੜੀ ਆਪਣੀ ਦਾਲ ਸਬਜ਼ੀ ਆ ਬਹੁਤ ਟੇਸਟੀ ਲੱਗਦੀ ਹੈ। ਦੇਖੋ ਫਰੈਂਡਸ ਆਪਣੀ ਜਿਹੜੀ ਆਲੂ ਅਤੇ ਜੀਮੀਕੰਦ ਦੀ ਸਬਜ਼ੀ ਆ ਉਹ ਬਣ ਕੇ ਤਿਆਰ ਹੈ। ਉਮੀਦ ਕਰਦੀ ਤੁਹਾਨੂੰ ਮੇਰੀ ਅੱਜ ਦੀ ਡਿਸ਼ ਪਸੰਦ ਆਈ ਹੋਊਗੀ। ਜੇ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਜੋ ਅਗਲਾ ਨੋਟੀਫਿਕੇਸ਼ਨ ਮੇਰਾ ਤੁਹਾਡੇ ਕੋਲ ਜਲਦ ਤੋਂ ਜਲਦ ਪਹੁੰਚ ਸਕੇ। ਅਤੇ ਬਣਾ ਕੇ ਇੱਕ ਵਾਰ ਜ਼ਰੂਰ ਟਰਾਈ ਕਰਿਆ ਕਰੋ। ਚਲੋ ਜੀ ਫਿਰ ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਬਾਏ।